ਸੜਕ ਦੇ ਕੰਢੇ ਤੇ ਦੁਕਾਨ ਦੇ ਬਾਹਰ ਖੜੀ ਇਹ ਮਹਿਲਾ ਜਿਸ ਦੀ ਇੱਕਦਮ ਨਜ਼ਰ ਤੇਜ਼ ਰਫ਼ਤਾਰ ਕਾਰ ਤੇ ਪਈ। ਉਹ ਕਾਰ ਜਿਸ ਨੇ ਪਿੱਛੋਂ ਕਹਿਰ ਪਰਪਾਇਆ ਔਰ ਐਕਟਿਵਾ ਸਵਾਰ ਬੰਦੇ ਨੂੰ ਜ਼ੋਰਦਾਰ ਟੱਕਰ ਮਾਰੀ ਔਰ ਫਿਰ ਉਸ ਨੂੰ ਧੂ ਕੇ ਅੱਗੇ ਤੱਕ ਲੈ ਆਈ। ਜੇਕਰ ਇਹ ਔਰਤ ਦੀ ਨਜ਼ਰ ਇਸ ਤੇਜ਼ ਰਫ਼ਤਾਰ ਕਾਰ ਤੇ ਨਾ ਪੈਂਦੀ, ਸ਼ਾਇਦ ਇਹ ਵੀ ਇਸ ਕਹਿਰ ਦੀ ਲਪੇਟ ਵਿੱਚ ਆ ਜਾਂਦੀ। ਤਾਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਇੱਕ ਤੇਜ਼ ਰਫ਼ਤਾਰ ਕਾਰ I-20 ਜਿਸ ਦਾ ਕਹਿਰ ਸਾਫ਼ ਤੌਰ 'ਤੇ ਨਜ਼ਰ ਆਇਆ। ਤਸਵੀਰਾਂ ਹੁਸ਼ਿਆਰਪੁਰ ਚੰਡੀਗੜ੍ਹ ਮਾਰਗ ਦੀਆਂ ਨੇ ਜਿੱਥੇ ਕਿ ਅੱਡਾ ਚੰਗਰਾ ਦੇ ਵਿੱਚ ਇੱਕ ਭਿਆਨਕ ਸੜਕੀ ਹਾਦਸੇ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਦੇ ਵਿੱਚ ਨਜ਼ਰ ਆ ਰਿਹਾ ਇੱਕ ਮਹਿਲਾ ਜੋ ਕਿ ਦੁਕਾਨ ਦੇ ਬਾਹਰ ਸੜਕ ਦੇ ਕਿਨਾਰੇ 'ਤੇ ਖੜ੍ਹੀ ਹੈ। ਇਸੋ ਦੌਰਾਨ ਇੱਕ ਤੇਜ਼ ਰਫ਼ਤਾਰ I-20 ਗੱਡੀ ਆਈ ਅਤੇ ਉਸਦੇ ਵੱਲੋਂ ਪਹਿਲਾਂ ਸੜਕ ਦੇ ਕੰਢੇ 'ਤੇ ਐਕਟਿਵਾ 'ਤੇ ਜਾ ਰਹੇ ਵਿਅਕਤੀ ਨੂੰ ਟੱਕਰ ਮਾਰੀ, ਜਿਸ ਤੋਂ ਬਾਅਦ ਦੁਕਾਨ ਦੇ ਬਾਹਰ ਖੜ੍ਹੀ ਐਕਟਿਵਾ ਵੀ ਆਪਣੀ ਲਪੇਟ ਵਿੱਚ ਲੈ ਲਈ ਔਰ ਬੁਰੇ ਤਰੀਕੇ ਨਾਲ ਭੰਨ ਤੋੜ ਕੀਤੀ ਗਈ। ਗਣੀਮਤ ਰਹੀ ਕਿ ਸੜਕ ਦੇ ਕੰਢੇ 'ਤੇ ਖੜ੍ਹੀ ਮਹਿਲਾ ਦਾ ਬਚਾ ਰਿਹਾ ਉਹ ਇੱਕਦਮ ਭੱਜ ਕੇ ਅੰਦਰ ਵੱਲ ਨੂੰ ਆ ਗਈ। ਤਾਂ ਹਾਲਾਂਕਿ ਦੁਕਾਨਦਾਰ ਨੇ ਜਿਹੜੇ ਉਹ ਵੀ ਬਾਹਰ ਨਿਕਲੇ ਨੇ ਪਰ ਉਦੋਂ ਤੱਕ ਉਹ ਫਰਾਰ ਹੋ ਚੁੱਕਿਆ ਸੀ। ਤਾਂ ਦੂਜੇ ਬੰਨੇ ਐਕਟਿਵਾ ਸਵਾਰ ਵਿਅਕਤੀ ਦੀ ਹਾਲਤ ਕਾਫ਼ੀ ਨਾਜ਼ੁਕ ਦੱਸੀ ਗਈ ਹੈ, ਜਿਸ ਨੂੰ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਸੜਕ ਦੇ ਕੰਢੇ 'ਤੇ ਦੁਕਾਨ ਦੇ ਬਾਹਰ ਖੜ੍ਹੀ ਇਹ ਮਹਿਲਾ ਜਿਸ ਦੀ ਇੱਕਦਮ ਨਜ਼ਰ ਤੇਜ਼ ਰਫ਼ਤਾਰ ਕਾਰ 'ਤੇ ਪਈ। ਉਹ ਕਾਰ ਜਿਸ ਨੇ ਪਿੱਛੋਂ ਕਹਿਰ ਪਰਪਾਇਆ ਔਰ ਐਕਟਿਵਾ ਸਵਾਰ ਬੰਦੇ ਨੂੰ ਜ਼ੋਰਦਾਰ ਟੱਕਰ ਮਾਰੀ ਔਰ ਫਿਰ ਉਸ ਨੂੰ ਧੂ ਕੇ ਅੱਗੇ ਤੱਕ ਲੈ ਆਈ। ਜੇਕਰ ਇਹ ਔਰਤ ਦੀ ਨਜ਼ਰ ਇਸ ਤੇਜ਼ ਰਫ਼ਤਾਰ ਕਾਰ 'ਤੇ ਨਾ ਪੈਂਦੀ, ਸ਼ਾਇਦ ਇਹ ਵੀ ਇਸ ਕਹਿਰ ਦੀ ਲਪੇਟ ਵਿੱਚ ਆ ਜਾਂਦੀ। ਤਾਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਇੱਕ ਤੇਜ਼ ਰਫ਼ਤਾਰ ਕਾਰ I-20 ਜਿਸ ਦਾ ਕਹਿਰ ਸਾਫ਼ ਤੌਰ 'ਤੇ ਨਜ਼ਰ ਆਇਆ। ਤਸਵੀਰਾਂ ਹੁਸ਼ਿਆਰਪੁਰ ਚੰਡੀਗੜ੍ਹ ਮਾਰਗ ਦੀਆਂ ਨੇ ਜਿੱਥੇ ਕਿ ਅੱਡਾ ਚੰਗਰਾ ਦੇ ਵਿੱਚ ਇੱਕ ਭਿਆਨਕ ਸੜਕੀ ਹਾਦਸੇ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਦੇ ਵਿੱਚ ਨਜ਼ਰ ਆ ਰਿਹਾ ਇੱਕ ਮਹਿਲਾ ਜੋ ਕਿ ਦੁਕਾਨ ਦੇ ਬਾਹਰ ਸੜਕ ਦੇ ਕਿਨਾਰੇ 'ਤੇ ਖੜ੍ਹੀ ਹੈ। ਇਸੋ ਦੌਰਾਨ ਇੱਕ ਤੇਜ਼ ਰਫ਼ਤਾਰ I-20 ਗੱਡੀ ਆਈ ਅਤੇ ਉਸਦੇ ਵੱਲੋਂ ਪਹਿਲਾਂ ਸੜਕ ਦੇ ਕੰਢੇ 'ਤੇ ਐਕਟਿਵਾ 'ਤੇ ਜਾ ਰਹੇ ਵਿਅਕਤੀ ਨੂੰ ਟੱਕਰ ਮਾਰੀ, ਜਿਸ ਤੋਂ ਬਾਅਦ ਦੁਕਾਨ ਦੇ ਬਾਹਰ ਖੜ੍ਹੀ ਐਕਟਿਵਾ ਵੀ ਆਪਣੀ ਲਪੇਟ ਵਿੱਚ ਲੈ ਲਈ ਔਰ ਬੁਰੇ ਤਰੀਕੇ ਨਾਲ ਭੰਨ ਤੋੜ ਕੀਤੀ ਗਈ। ਗਣੀਮਤ ਰਹੀ ਕਿ ਸੜਕ ਦੇ ਕੰਢੇ 'ਤੇ ਖੜ੍ਹੀ ਮਹਿਲਾ ਦਾ ਬਚਾ ਰਿਹਾ ਉਹ ਇੱਕਦਮ ਭੱਜ ਕੇ ਅੰਦਰ ਵੱਲ ਨੂੰ ਆ ਗਈ। ਤਾਂ ਹਾਲਾਂਕਿ ਦੁਕਾਨਦਾਰ ਨੇ ਜਿਹੜੇ ਉਹ ਵੀ ਬਾਹਰ ਨਿਕਲੇ ਨੇ ਪਰ ਉਦੋਂ ਤੱਕ ਉਹ ਫਰਾਰ ਹੋ ਚੁੱਕਿਆ ਸੀ। ਤਾਂ ਦੂਜੇ ਬੰਨੇ ਐਕਟਿਵਾ ਸਵਾਰ ਵਿਅਕਤੀ ਦੀ ਹਾਲਤ ਕਾਫ਼ੀ ਨਾਜ਼ੁਕ ਦੱਸੀ ਗਈ ਹੈ, ਜਿਸ ਨੂੰ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ।